गौड़ी कबीर जी, जोत की जात, जात की ज्योति, तित लागे कंचुआ फल मोती, कमन सु घर जो निरपौ कही है, भौ भज जाए अपह होए रही है, रहाओ तट तीर्थ नहीं मन पति आए, चार अचार रहे उरझाए, पाप पुन दो एक समान, निज कर पारस तजो गुण आन, कबीर निर्गुण नाम न रोस, इस पर चाहे परच रहो एस, जोत की जात, जात की ज्योति, तित लागे कछुआ फल मोती, जोत की जात, जात की ज्योति, ज्योति जोत है मन है, उदी जात है, उदे वास्ते शरीर है, जात की ज्योति, ये दोहां नूं रल के शरीर है, एक है। जोत बिना भी कुछ नहीं गल, जात बिना भी कुछ गल नहीं है। जे माया माया नहीं है, माया का शरीर नहीं, तां भी मन नहीं कुछ, आत्मा नहीं कुछ कर सकती। जे कली आत्मा है, शरीर नहीं कुछ कर सकता, शरीर ते बिना आत्मा नहीं कुछ कर सकता। ये दोहे मिले ते गल तां बननी, पर इहनूं लगदा की है? तित लागे कंचुआ फल मोती, कछुआ फल मोती लगते, कच्चे फल भी लगते ने, मोतियां वर्गे कछुआ फल लगते ने। जे ज्ञान लगता है, आत्मक लैवल ते फल लगता है, ज्ञान लगता है, तो कच्चा ज्ञान है। ये अपनी मनमत लगती है, फिर इनू आप तो मनमत पैदा कर सकता है, आप तो बोलू तो कच्ची बाणी बोलू, आप धर्म बनाऊ कच्चा धर्म बना सकता है। कछुआ फल मोती, गल्लां कम दियां होणगियां, मोतियां वर्गियां होणगियां। कहिंदा लख रुपये की गल कहती, ਵਧੀਆ ਵਧੀਆ ਗੱਲਾਂ ਨੇ, ਬੜੇ ਬੜੇ ਫਿਲਾਸਫਰ ਹੋਏ ਨੇ, ਕਬੀਰ ਨੇ ਬੜੀ ਬਾਣੀ ਲਿਖੀ ਆ, ਪਿਛਕਾਲੇ ਹਾਂ। ਆ ਫਿਰ ਭਾਈ ਕਛੂਆ ਫਲ ਮੋਤੀ, ਜੇ ਆਪਾਂ ਸੰਸਾਰੀ ਗੱਲ ਕਰੀਏ, ਬੱਚੇ ਪੈਦਾ ਹੋਣ ਵਾਲੀ ਗੱਲ ਹੈ, ਉਹ ਵੀ ਕਛੂਆ ਫਲ ਮੋਤੀ ਹੋ। ਜੇ ਕਿਸੇ ਨੇ ਵੀ ਮੰਨਣਾ ਹੋਵੇ, ਸਰੀਰ ਕਰਕੇ ਜੇ ਫਲ ਲੱਗਦੇ ਨੇ ਨਾ, ਉਹ ਤਾਂ ਆਤਮਾ ਕਰਕੇ ਫਲ ਹੋ ਗਏ ਨਾ, ਗਿਆਨ ਦੇ ਦੋ ਕਿਸਮ ਦੇ ਫਲ ਹੋ ਗਏ ਨਾ। ਕਛੂਆ ਫਲ ਇੱਕ ਤਾਂ ਸਰੀਰ ਦੇ ਬੱਚੇ ਜਿਹੜੇ ਨੇ, ਕਛੂਆ ਫੜ ਲਏ ਤਾਂ ਕਛੂਆ ਫੜ ਲਏ, ਉਹਨੇ ਮੋਤੀ ਨੇ ਉਹ ਵੀ ਕਛੂਆ ਫੜੇ ਨੇ। ਸੰਸਾਰੀ ਗਿਆਨ, ਸੰਸਾਰੀ ਮੱਤਾਂ ਦੇ ਵਿੱਚ ਸੰਸਾਰੀ ਗਿਆਨ, ਕਬੀਰ ਨੇ ਬੜਾ ਬੀਚ ਕੇ ਲਿਖਿਆ, ਉਹ ਗੱਲ ਜੋ ਗੁਰਬਾਣੀ ਦੇ ਵਿੱਚ ਹੈ ਉਹ ਗੱਲ ਨਹੀਂ ਸੀ, ਕਿਉਂ ਗਿਆਨ ਹੀ ਨਹੀਂ। ਉਸ ਗਿਆਨ ਨੂੰ ਪੜ੍ਹ ਕੇ ਉਹਨੂੰ ਉਹ ਅਵਸਥਾ ਨਹੀਂ ਮਿਲੀ ਜਿਹੜੀ ਉਹ ਚਾਹੁੰਦਾ ਸੀ। ਘਟੀਆ ਅਵਸਥਾ ਨਾਲ ਲਿਖਿਆ ਸੀ ਨਾ ਸਾਰਾ ਗਿਆਨ, ਫਿਰ ਸਾਰਾ ਰੱਦ ਤਾਂ ਹੀ ਕੀਤਾ। ਮਗਰ ਜਦ ਪੜ੍ਹ ਕੇ ਪੂਰਾ ਉਹਨੂੰ ਸਮਝ ਆਈ, ਆਤਮ ਦਰਸ਼ਨ ਹੋਇਆ। ਅਸਲ 'ਚ ਆਤਮ ਦਰਸ਼ਨ ਦੀ ਗੱਲ ਨਹੀਂ ਹੈ ਕਛੂਆ ਫਲ ਮੋਤੀਆਂ 'ਚ, ਆਤਮ ਗਿਆਨ ਨਹੀਂ ਹੁੰਦਾ, ਮਾਇਆ ਦਾ ਗਿਆਨ ਤਾਂ ਹੁੰਦਾ। ਸੰਸਾਰ 'ਚ ਜਦੋਂ ਦੇਖਦੇ ਹਾਂ ਨਾ, ਝੂਠ ਦਾ ਗਿਆਨ ਤਾਂ ਬਹੁਤ ਦੂਰ ਤੱਕ ਹੁੰਦਾ ਸਾਨੂੰ, ਪਖੰਡਵਾਦ ਦਾ ਗਿਆਨ ਬਹੁਤ ਦੂਰ ਤੱਕ ਹੁੰਦਾ, ਪਖੰਡਵਾਦ ਕੱਟਿਆ ਹੋਇਆ। ਹੋਰ ਵੀ ਥੱਲੇ ਦੇ ਇਹਨਾਂ ਨੇ ਪਖੰਡਵਾਦ ਕੱਟਿਆ, ਗਿਰਧਰ ਕਬੀਰ ਆਏ ਹੋਇਆ ਜਾਂ ਹੋਰ ਹੋਏ ਨੇ, ਵੀਰਾ ਹੋਏ ਵੋ, ਪਖੰਡਵਾਦ ਕੱਟਿਆ ਇਹਨਾਂ ਨੇ। ਪਖੰਡਵਾਦ ਨੂੰ ਪਛਾਣ ਲੈਣਾ ਹੋਰ ਗੱਲ, ਸੱਚ ਨੂੰ ਪਛਾਣਨਾ ਹੋਰ ਗੱਲ, ਆਤਮਦਰਸ਼ੀ ਹੋ ਜਾਣਾ ਹੋਰ ਗੱਲ। ਆਤਮਦਰਸ਼ੀ ਜਦ ਹੋ ਗਿਆ ਕਬੀਰ, ਤੇ ਪਿਓਰ ਇਕੱਲੀ ਆਤਮਦਰਸ਼ਨ ਦੀ ਗੱਲ ਕੀਤੀ ਹੈ, ਫਿਰ ਗੱਲੇ ਨਹੀਂ ਹੋਰ ਕੀਤੀ। ਆਤਮਦਰਸ਼ੀ ਕੇਵਲ ਆਤਮਦਰਸ਼ਨ ਦੀ ਗੱਲ ਕਰਦੇ ਨੇ, ਬਾਕੀ ਗੱਲਾਂ ਛੱਡ ਦਿੰਦੇ ਨੇ, ਮਾਇਆ ਦੀ ਗੱਲ ਨਹੀਂ ਕੀਤੀ ਜਾ ਸਕਦੀ ਫਿਰ, ਤਾਂ ਕੱਚੇ ਸਰ। ਹਾਂ, ਇਹਦੇ ਵਿੱਚ ਹੀ ਕੱਟੀ ਜਾਣਾ, ਇਹਦੇ ਵਿੱਚ ਹੀ ਕੱਟਿਆ ਹੋਇਆ ਸਭ ਕੁਛ। ਉੱਥੇ ਤਾਂ ਗੁਰੂ ਗੋਬਿੰਦ ਦੋ ਕਹਿੰਦੇ ਖੜੇ ਨੇ, ਗੁਰੂ ਗੋਬਿੰਦ ਨੂੰ ਦੋ ਮੰਨਦਾ, ਗੁਰੂ ਸੰਸਾਰੀ ਗੁਰੂ ਨੂੰ ਮੰਨਦਾ, ਸੰਸਾਰੀ ਆਦਮੀ ਨੂੰ, ਕਿਉਂਕਿ ਉਹ ਜਿਹੜੀ ਪੰਡਿਤ ਨੇ ਬਾਟ ਪਾੜੀ ਹੋਈ ਹੈ ਨਾ, ਵਿੱਦਿਆ, ਅਵਿੱਦਿਆ ਦਾ ਬ੍ਰਹਮ ਵਿੱਦਿਆ ਦਾ ਪਤਾ ਨਹੀਂ ਹੁੰਦਾ ਉਦੋਂ ਤੱਕ। ਅਵਿੱਦਿਆ ਜਿਹੜੀ ਹੈਗੀ ਹੈ, ਪੰਡਿਤ ਨੇ ਅਵਿੱਦਿਆ ਬਣਾ ਲਈ। ਜਦੋਂ ਬੰਦੇ ਨੂੰ ਗੁਰੂ ਬਣਾ ਲਿਆ, ਬੰਦੇ ਨੂੰ ਸੁਪਰੀਮ ਮੰਨ ਲਿਆ, ਪਰਮੇਸ਼ਰ ਦਾ ਸਰੂਪ ਆਦਮੀ ਵਰਗਾ ਮੰਨ ਲਿਆ,
ਇਹਦੀ ਮੂਰਤੀ ਬਣਾ ਕੇ ਪੂਜਾ ਕਰਨ ਲੱਗ ਗਿਆ, ਫਿਰ ਗੱਲ ਤਾਂ ਖਤਮ ਹੋ ਗਈ। ਫਿਰ ਆਤਮਾ ਦੀ ਮੂਰਤੀ ਤਾਂ ਆਤਮਾ ਹੁੰਦੀ ਹੋ ਨਹੀਂ, ਮਜ਼ੇ ਦੀ ਗੱਲ ਇਹ ਹੈ ਕਿ ਆਦਮੀ ਜੀ ਉਹਦੇ ਚ ਆਤਮਾ ਹੁੰਦੀ ਹੈ, ਮੂਰਤੀ ਚ ਆਤਮਾ ਹੀ ਨਹੀਂ ਹੁੰਦੀ। ਤੂੰ ਚੇਤਨ ਹੋ ਕੇ ਜੜ ਦੀ ਪੂਜਾ ਕਰ ਰਿਹਾ, ਖੁਦ ਤੇਰੀ ਮੂਰਤੀ ਆਦਮੀ ਵਰਗੀ ਹੈ, ਤੇਰੇ ਚ ਆਤਮਾ ਹੈਗੀ ਹੈ, ਤੂੰ ਬੋਲਦਾ ਉਪਦੇਸ਼ ਕਰਨਾ ਕੁਛ ਵੀ ਨਹੀਂ ਕਰ ਸਕਦਾ ਮੂਰਤੀ, ਤੂੰ ਉਹਦੇ ਤੇ ਸ਼ਰਧਾ ਰੱਖਦਾ, ਇਦੋਂ ਬੜਾ ਮੂਰਖ ਕੌਣ ਹੋਊਗਾ, ਇਦੋਂ ਬੜਾ ਮੂਰਖ ਕੌਣ ਹੋਊ। ਚੇਤਨ ਹੋ ਕੇ ਜੜ ਦੀ ਪੂਜਾ ਕਰਦਾ, ਬੁੱਧੀ ਜੜ ਹੋ ਜਾਂਦੀ ਹੈ, ਜੈਸਾ ਸੇਵੇ ਤੈਸਾ ਹੋਏ। ਉਦੋਂ ਤੱਕ ਕਛੂਆ ਫਲ ਮੋਤੀ ਨੇ ਜਿਹਨੇ ਜਨ ਮੂਰਤੀ ਪੂਜ ਕਰ, ਕਬੀਰ ਵੀ ਮੂਰਤੀ ਪੂਜਕ ਸੀ ਉਦੋਂ ਤੱਕ, ਕਿਉਂਕਿ ਰਾਮਾਨੰਦ ਜੋ ਮੂਰਤੀ ਪੂਜਕ, ਰਾਮਾਨੰਦ ਖੁਦ ਜੋ ਮੂਰਤੀ ਪੂਜਕ ਹੈ ਜਿਹਦੇ ਮਾਲਾ ਲਈ ਹੋਈ ਹੈ, ਜੇ ਮਾਲਾ ਫੇਰਦਾ ਹੈ ਮੂਰਤੀ ਪੂਜਕ ਵੀ ਹੈ। ਸਿੱਖ ਵੀ ਮਾਲਾ ਫੇਰਦੇ ਨੇ ਅੱਜ, ਅਜੀਬ ਗੱਲ ਹੈ, ਸਿੱਖ ਮਾਲਾ ਫੇਰਦੇ ਨੇ, ਧੋਤੀ ਟਿੱਕਾ ਛੱਡਤਾ, ਪੰਡਿਤ ਤੋਂ ਬੜੇ ਰਾਜ ਨੇ, ਧੋਤੀ ਟਿੱਕਾ ਮਾਲਾ ਇਕੱਠੇ ਨੇ, ਪੰਡਿਤ ਦੇ ਬਾਣੇ ਵਿੱਚ ਨੇ, ਪੰਡਿਤ ਦਾ ਜਿਹੜਾ ਬਾਣਾ ਨਾ ਭੇਖ ਹੈ ਉਹਦਾ ਅੰਗ ਹੈ ਮਾਲਾ, ਜਾਂ ਫਿਰ ਵੈਸ਼ਨੂੰ ਭਗਤਾਂ ਦਾ ਮਾਲਾ ਹੈ। ਪੰਡਿਤ ਦੀਆਂ 27 ਸਿਮਰਤੀਆਂ ਨੇ 27 ਮਣਕੇ ਦੀ ਮਾਲਾ, ਵੈਸ਼ਨੂੰ ਭਗਤ ਨੇ 4 ਮਾਲਾ ਇਕੱਠੀਆਂ ਕਰਕੇ 108 ਮਣਕੇ ਬਣਾ ਲਏ। ਕਬੀਰ ਸਾਬਤ ਕਰਦਾ ਵੈਸ਼ਨੂੰ ਪਿਆ ਤਾਂ ਕਿਹਾ ਪਿਆ ਮਾਲਾ ਮੇਲੀ 4, ਫਿਰ ਕੀ ਤੂੰ ਬੜਾ ਹੋ ਗਿਆ 4 ਮਾਲਾ ਇਕੱਠੀਆਂ ਕਰਕੇ, ਕਰਨਾ ਕੀ ਸੀ। ਉਹ ਰਾਮ ਬਾਹਰ ਮੰਨਦਾ, ਦਸਤ ਦੇ ਮੁੰਡੇ ਨੂੰ ਮੰਨਦਾ ਮਾਲਾ 4 ਵਾਲ, ਫਿਰ ਕੀ ਫਰਕ ਪੈ ਗਿਆ, ਰਾਮ ਤਾਂ ਉਹੀ ਰਿਹਾ, ਪੰਡਿਤ ਵਾਲਾ ਹੀ ਰਾਮ ਰਿਹਾ ਤੇਰਾ, ਰਾਮ ਦਾ ਬਦਲਿਆ ਨਹੀਂ ਰਾਮ, ਹਿਰਦੇ ਵਾਲਾ ਰਾਮ ਕਿੱਥੇ ਗਿਆ, ਹਿਰਦੇ ਰਾਮ ਨਾ ਚੇਤੇ ਹੋ, ਤੈਨੂੰ ਇਹਨਾਂ ਦਾ ਪਤਾ ਨਹੀਂ ਲੱਗਿਆ ਕਿ ਮੇਰੇ ਹਿਰਦੇ 'ਚ ਰਾਮ। ਕਬੀਰ ਮਾਲਾ ਕਾਟ ਕੇ ਕੈਦ ਖਿਲਾਫ ਲੋਏ, ਹਿਰਦੇ ਰਾਮ ਨਾਲ ਚੇਤੇ ਹੋਏ, ਇਹ ਜਪਣੀ ਕਿਆ ਹੋਏ, ਤੇਰੀ ਮਾਲਾ ਕੀ ਕਰ ਲੂਗੀ, ਹਿਰਦੇ ਵਿੱਚ ਰਾਮ ਹੈ ਜਿਹੜਾ ਤੇਰਾ, ਉਹਦੇ ਬਾਰੇ ਤੂੰ ਜਾਗਰੂਕ ਹੀ ਨਹੀਂ ਹੋਇਆ, ਜੇ ਤੈਨੂੰ ਉਹਦੀ ਸਮਝ ਨਹੀਂ ਆਈ, ਮਾਲਾ ਨਾਲ ਨਹੀਂ ਕੋਈ ਫਰਕ ਪੈਣਾ, ਹਿਰਦੇ ਵਾਲੇ ਰਾਮ ਨੂੰ ਤੈਨੂੰ ਉਹਦਾ ਗਿਆਨ ਹੋਣਾ ਚਾਹੀਦਾ, ਤੇ ਰਾਮ ਹੈ ਕੌਣ। ਹਾਂਜੀ, ਕਮਣ ਸੋ ਘਰ ਜੋ ਨਿਰਭਉ ਕਹੀ ਹੈ, ਕਬੀਰ ਕਹਿੰਦਾ ਉਹ ਕਿਹੜੀ ਅਵਸਥਾ ਹੈ, ਉਹ ਅਵਸਥਾ ਕਿਹੜੀ ਹੈ ਜਿਹੜੀ ਅਵਸਥਾ ਨਿਰਭਉ ਹੋ ਜਾਏ, ਭੈ ਮੁਕਤ ਹੋ ਜਾਏ। ਭੈ ਕੀ ਦਾ ਸਾਨੂੰ, ਸਾਨੂੰ ਤਾਂ ਸਾਰਿਆਂ ਦੇ ਭੈ ਹੈ, ਦੇਵੀ ਦੇਵਤਿਆਂ ਦਾ ਭੈ ਹੈ, ਸ਼ਿਵ ਜੀ ਦਾ ਭੈ ਹੈ, ਅਸੀਦ ਨੇ ਇੱਥੇ ਬੜੀਆਂ ਨੇ ਇਹਨਾਂ ਦੀ ਭੈ ਹੈ, ਸਾਨੂੰ ਤਾਂ ਪੈਰ ਪੈਰ ਤੇ ਭੈ ਹੈ। ਉਦੋਂ ਲੋਕਾਂ ਨੂੰ ਪੈ ਸੀ ਜਿਹਨਾਂ ਨਾਲ ਗੱਲ ਕਰ ਲਿਆ ਕਬੀਰ, ਉਹ ਇਹੀ ਸੀ ਸਾਰੇ। ਭਾਉ ਭੱਜ ਜਾਏ ਅਭੈ ਹੋਏ ਰਹੀ ਹੈ, ਡਰ ਭੱਜ ਜਾਵੇ ਤਾਂ ਹੀ ਅਭੈ ਹੋ ਸਕਦਾ, ਡਰੇ ਨਾ ਰਹੇ, ਡਰ ਜਦ ਨਹੀਂ ਰਹਿ ਸਕਦਾ ਜਦ ਮੌਤ ਤੇ ਵੀ ਫਤਿਹ ਪਾ ਲਵੇ। ਤਲਵਾਰ ਦੇ ਨਾਲ ਰੱਖੀ ਹੋਈ ਤਾਂ ਹੀ ਤਾਂ ਇੱਥੇ ਪਾਈ ਹੋਈ ਹੈ, ਜਿਹੜਾ ਵਕਤ ਡਰ ਤੋਂ ਹੀ ਪਾਈ ਹੋਈ ਹੈ ਨਾ, ਡਰ ਸਭ ਨੂੰ ਲੜਨਾ, ਹੋਰ ਗੱਲ ਉਹਦਾ ਧਰਮ ਡਰਦਾ ਹੈ ਨਾ, ਦੂਏ ਦਾ ਤੀਰ ਨਾ ਲੱਗੇ, ਦੂਏ ਦੀ ਤਲਵਾਰ ਆਵੇ ਮੈਂ ਰੋਕ ਲਾਂ, ਡਰਦਾ ਹੈ ਨਾ, ਡਰ ਦੇ ਵਿੱਚੇ ਹੈ। ਤਟ ਤੀਰਥ ਨਹੀਂ ਮਨ ਪਤੀ ਆਏ, ਤਟ ਤੀਰਥ ਜਿਹੜੇ ਨੇ ਲੋਕੀ ਨੇ, ਤਟਾਂ ਤੀਰਥਾਂ ਨਾਲ ਜੁੜੇ ਹੋਏ ਨੇ ਪੰਡਿਤ ਨੇ, ਲੋਕ ਹਿੰਦੁਸਤਾਨ ਦੇ ਹੁਣ ਵੀ ਜੁੜੇ ਹੋਏ ਨੇ, ਦਰਿਆਵਾਂ ਦੇ ਕਿਨਾਰੇ ਸਰੋਵਰਾਂ ਦੇ ਕਿਨਾਰੇ ਤੀਰਥ ਬਣੇ ਹੋਏ ਨੇ, ਪਰ ਕਿਸੇ ਦੇ ਮਨ ਨੂੰ ਭਰੋਸਾ ਨਹੀਂ ਉੱਥੇ ਹੈਗਾ, ਭਰੋਸਾ ਤਾਂ ਹੋਵੇ ਜੇ ਤੋਂ ਕੋਈ ਪ੍ਰਾਪਤ ਹੋਇਆ ਹੋਵੇ ਕਿਸੇ ਨੂੰ,
ਲੋਕ ਜਾਂਦੇ ਨੇ ਮੇਲਾ ਦੇਖਣ ਜਾਂਦੇ ਨੇ ਮੇਲਾ ਦੇਖਣ ਜਾਂਦੇ ਨੇ ਆਪ ਇਹ ਆ ਜਿਹੜੇ ਉਹ ਜਿਹੇ ਆਦਮੀ ਨੇ ਧਾਰਮਿਕ ਆਦਮੀ ਨੇ ਉਹ ਜਾਂਦੇ ਨੇ ਕੋਈ ਆਦਮੀ ਸ਼ਾਇਦ ਮਿਲ ਜਾਵੇ ਕੋਈ ਉਹ ਜਿਹੇ ਤੀਰਥ ਤੇ ਕੋਈ ਬੰਦਾ ਮਿਲ ਜਾਵੇ ਜਿਹਨੂੰ ਕਿਸੇ ਗੱਲ ਦਾ ਗਿਆਨ ਹੋਵੇ ਉਹ ਆਪਣੇ ਆਪਣੇ ਖੋਜ 'ਚ ਜਾਂਦੇ ਨੇ ਕੋਈ ਕੁਛ ਲੈਣ ਜਾਂਦਾ ਕੋਈ ਸੌਦਾ ਵੇਚਣ ਜਾਂਦਾ ਕੋਈ ਸੌਦਾ ਖਰੀਦਣ ਜਾਂਦਾ ਜਿਹੋ ਜਿਹਾ ਗਾਹਕ ਹੁੰਦਾ ਆਪਣੇ ਆਪਣੇ ਹਿਸਾਬ ਨਾਲ ਜਾਂਦੇ ਕੋਈ ਐਵੇਂ ਕਹਿੰਦੇ ਨੇ ਵੀ ਕਦੇ ਗਏ ਨਹੀਂ ਜਾ ਕੇ ਦੇਖ ਆਈਏ ਸੈਰ ਕਰਨ ਜਾਂਦੇ ਨੇ ਅਲੱਗ ਜਗ੍ਹਾ ਦੇਖਣ ਜਾਂਦੇ ਨੇ ਹਜੂਰ ਸਾਹਿਬ ਲੋਕ ਜਾਂਦੇ ਨੇ ਕੀ ਕਰਨ ਜਾਂਦੇ ਨੇ ਕਹਿੰਦੇ ਕਦੇ ਗਏ ਨਹੀਂ ਚੱਲ ਦੇਖ ਆਈਏ ਦਰਸ਼ਨ ਕਰੇ ਆਈਏ ਕੋਈ ਉੱਥੋਂ ਮਿਲ ਜੂ ਕਿਸੇ ਨੂੰ ਕੁਛ ਇਹ ਤਾਂ ਮੰਨ ਕੇ ਨਹੀਂ ਕਦੇ ਕੋਈ ਜਾਂਦਾ ਵੀ ਉੱਥੇ ਜਾ ਕੇ ਕੋਈ ਖਾਸ ਸਾਨੂੰ ਫਾਇਦਾ ਹੋਜੂ ਇਹ ਤਾਂ ਮੰਨ ਕੇ ਕੋਈ ਨਹੀਂ ਜਾਂਦਾ ਨਾ ਕੋਈ ਲੈ ਕੇ ਆਇਆ ਕਦੇ ਅੰਮ੍ਰਿਤਸਰ ਵੀ ਲੋਕ ਜਾਂਦੇ ਨੇ ਐਵੇਂ ਹੀ ਜਾਈ ਜਾਂਦੇ ਨੇ ਮਤਲਬ ਇੱਕ ਬਣੀ ਹੋਈ ਹੈ ਭੇਡ ਚਾਲ ਵਾਂਗੂ ਸ਼ਰਧਾ ਬਣੀ ਹੋਈ ਹੈ ਲੋਕਾਂ ਦੀ ਕੋਈ ਖਾਸ ਗੱਲ ਤਾਂ ਹੈ ਨਹੀਂ ਵੀ ਉੱਥੋਂ ਆਹ ਚੀਜ਼ ਮਿਲ ਜੂ ਉਹ ਚੀਜ਼ ਮਿਲ ਜੂ ਉਹ ਜਿਹੜੇ ਰਹਿਣ ਵਾਲੇ ਨੇ ਉਹਨਾਂ ਦਾ ਚੜ੍ਹ ਦੇਖ ਲਓ ਕਿਹੋ ਜਿਹਾ ਹਰ ਵਕਤ ਵਾਲੇ ਉੱਥੇ ਉਹ ਕੀ ਹੈ ਕੀ ਕਰਦੇ ਨੇ ਰੋਜ਼ ਅਖਬਾਰ ਭਰੇ ਰਹਿੰਦੇ ਨੇ ਪਤਾ ਹੀ ਆ ਵੀ ਉਹ ਲੋਕ ਕਿਹੋ ਜਿਹੇ ਨੇ ਉਹਨਾਂ 'ਤੇ ਕਿੰਨਾ ਕੁ ਅਸਰ ਹੈ ਉੱਥੇ ਦਾ ਇਹ ਸਾਰੇ ਇਸੇ ਕਰਕੇ ਤੀਰਥ ਔਰ ਇਹ ਬਣਾਉਂਦੇ ਨਹੀਂ ਹੁੰਦੇ ਬ੍ਰਹਮ ਗਿਆਨੀ ਇਹ ਉੱਥੇ ਸਭ ਬਦਨਾਮ ਹੋ ਜਾਂਦਾ ਧਰਮ ਇਹ ਜ਼ਿਆਦਾ ਲੋਕ ਇਕੱਠੇ ਕਰਨ ਧਰਮ ਨੂੰ ਬਦਨਾਮ ਕਰਨ ਦੇ ਬਦਨਾਮ ਇਹ ਲੋਕ ਕਰ ਦਿੰਦੇ ਹੁੰਦੇ ਧਰਮ ਚਾਰ ਬਦਨਾਮ ਇਹਨਾਂ ਨੇ ਕੀਤਾ ਗੁਰਦੁਆਰਿਆਂ ਦੀ ਚਾਰ ਅਚਾਰ ਰਹੇ ਉਰਜਾਏ ਬਸ ਚਾਰ ਆ ਚਾਰ ਰਹਿਤ ਮਰਿਆਦਾ ਚਾਰ ਅਚਾਰ ਰਹਿਤ ਮਰਿਆਦਾ ਨੂੰ ਮਰਿਆਦਾ ਨੂੰ ਕਿਹਾ ਹੋਇਆ ਰਹੇ ਉਰਜਾਏ ਆ ਰਹਿਤ ਮਰਿਆਦਾ ਨੇ ਉੜਜਾ ਕੇ ਰੱਖੇ ਨੇ ਲੋਕ ਗੁਰਬਾਣੀ ਕਹਿੰਦੀ ਆ ਰਹਿਤ ਮਰਿਆਦਾ ਚਾਰ ਚਾਰ ਰਹਿਤ ਮਰਿਆਦਾ ਨੂੰ ਕਹਿੰਦੇ ਨੇ ਵਾ ਉਹ ਉੜਜਾ ਰਹੇ ਨੇ ਉਹ ਵੀ ਅੰਮ੍ਰਿਤਸਰ ਵੀ ਉੜਜਾਏ ਰਹੇ ਨੇ ਹੋਰ ਕੀ ਕਰ ਰਹੇ ਨੇ ਆਹ ਫੁੜਜੇ ਨੇ ਉੜਜਾ ਰਹੇ ਨੇ ਚਾਰ ਚਾਰ ਰਹੇ ਉੜਜਾਏ ਤੱਟ ਤੀਰਥਾਂ ਦੇ ਕੁਛ ਹੋ ਰਿਹਾ ਉੱਥੇ ਵੀ ਇਹੀ ਕੁਛ ਹੋ ਰਿਹਾ ਸਰੋਵਰ ਹੈਗਾ ਨਾਲ ਗੁਰਦੁਆਰਾ ਚਾਰ ਚਾਰ ਵੀ ਹੈਗਾ ਰਹਿਤ ਮਰਿਆਦਾ ਇਹ ਉੜਜਾਏ ਹੋਏ ਨੇ ਸਾਰੇ ਸਿੱਖੀ ਉਲਝਾਉਂਦੀ ਨਹੀਂ ਸਿੱਖੀ ਸੁਲਝਾਉਣ ਵਾਲੀ ਚੀਜ਼ ਹੈ ਇਹਨਾਂ ਕੋਲ ਕੋਈ ਸਿੱਖੀ ਵਾਲੀ ਗੱਲ ਨਹੀਂ ਇਹ ਤਾਂ ਸਭ ਹਿੰਦੂ ਮਤ ਹੈ ਹਾਂਜੀ ਪਾਪ ਪੁੰਨ ਦੋ ਏਕ ਸਮਾਨ ਦੇਖੋ ਪਾਪ ਪੁੰਨ ਦੋ ਏਕ ਸਮਾਨ ਪਾਪ ਔਰ ਪੁੰਨ ਦੋ ਏਕ ਹੁੰਦੇ ਨੇ ਕੀ ਉੱਥੇ ਪਾਪ ਪੁੰਨ ਇੱਕ ਸਮਾਨ ਬਣਦੇ ਨੇ ਫਿਰ ਤਾਂ ਕੋਈ ਗੋਲ ਜੋ ਕੱਢ ਲਿਆ ਕੋਈ ਪਾਇਆ ਉਹ ਬਰਾਬਰ ਹੋ ਗਿਆ ਫਿਰ ਤਾਂ ਕੋਈ ਗੋਲ ਜੋ ਕੱਢ ਲਿਆ ਕੋਈ ਪਾ ਦੋ ਫਿਰ ਤਾਂ ਬਰਾਬਰ ਹੋ ਗਿਆ ਕੀ ਬੰਦੇ ਨੇ ਉਹ ਗੁਰਮਤ ਦਾ ਇੱਕ ਅੱਖਰ ਨਹੀਂ ਮੰਨਿਆ ਜਾ ਰਿਹਾ ਗੁਰਦੁਆਰਿਆਂ 'ਚ ਕਿਤੇ ਵੀ ਸਭ ਗੁਰਮਤ ਤੋਂ ਖਿਲਾਫ਼ ਗੱਲ ਚੱਲ ਰਹੀ ਹੈ ਇਹ ਤਾਂ ਕਬੀਰ ਏ ਕਹਿ ਰਿਹਾ ਜੋ ਪਾਪ ਪੁੰਨ ਦੋ ਏਕ ਸਮਾਨ ਨਿਜ ਕਰ ਪਾਰਸ ਤਜੋ ਗੁਣ ਆਨ ਨਿਜ ਕਰ ਪਾ ਰਸ ਨਿਜ ਕਰ ਪਾ ਰਸ ਤਜੋ ਗੁਣ ਆਨ ਜਿਹਨੇ ਆਪਣੇ ਹਿਰਦੇ ਚ ਟੇਕ ਕੇ ਰਸ ਪਾ ਲਿਆ ਨਾ ਨਾਮ ਦਾ ਜਿਹੜਾ ਅੰਦਰਲਾ ਰਸ ਆ ਨਾਮ ਦਾ ਜਿਹਨੂੰ ਉਹ ਮਿਲ ਗਿਆ ਤਜੋ ਗੁਣ ਸਾਰੇ ਛੱਡ ਦਿੰਦਾ ਹੈ ਪੁੰਨ ਪਾਪ ਨੂੰ ਭੁੱਲ ਜਾਂਦਾ ਤਜੋ ਗੁਣ ਆਨ ਉਹਨੇ ਰਜੋ ਤਮੋ ਸਦੋ ਤਿੰਨੇ ਛੱਡ ਤੇ ਉਹਨੂੰ ਪਾਪ ਪੁੰਨ ਦਾ ਕੋਈ ਨੀ ਮਤਲਬ ਪਾਪ ਪੁੰਨ ਤੋੜੇ ਦੋ ਦਰਵਾਜ਼ਾ ਪਾਪ ਪੁੰਨ ਦਰਵਾਜ਼ੇ ਨਾ ਦੋਵੇਂ ਤੋੜਦੇ ਉਹਨੇ ਪਰ ਕਬੀਰ ਨਿਰਗੁਣ ਨਾਮ ਨਾ ਰੋਸ ਕਬੀਰ ਨਿਰਗੁਣ ਨਾਮ ਨਾ ਰੋਸ ਨਾਮ ਨਾ ਰੋਸ ਨਾਮ ਨਿਰਗੁਣ ਨਿਰਗੁਣ ਨਾਮ ਹੈ ਨਿਰਗੁਣ ਨਾਮ ਹੈ ਰਜੋ ਤਮੋ ਸਤੋ ਤੇ ਉੱਪਰ ਹੈ ਰੋਮ ਨਾਮ ਜਿਹੜਾ ਹੈ ਰਜੋ ਤਮੋ ਸਤੋ ਸੰਸਾਰ ਦੇ ਜਿਹੜੇ ਗੁਣ ਨੇ ਇਹ ਤੇ ਉੱਪਰ ਹੈ ਰਾਮ ਇਸ ਪਰਚਾਏ ਪਰਚ ਰਹੋ ਇਸ ਇਸ ਕਰਕੇ ਉਹਦੇ ਨਾਲ ਪਰਚੋ ਤੁਸੀਂ ਸੰਸਾਰ ਦੀ ਮਾਇਆ ਨਾਲ ਨਾ ਪਰਚੋ ਇਸ ਪਰਚਾਏ ਪਰਚ ਰਹੋ ਇਸ ਇਸ ਦੇ ਨਾਮ ਨਾਲ ਪਰਚੋ ਪਰਚਾ ਇਹ ਨਾਮ ਨਾਲ ਰੱਖੋ ਗੁਰਬਾਣੀ ਨਾਲ ਰੱਖੋ ਗੁਰਬਾਣੀ ਦੇ ਗਿਆਨ ਨਾਲ ਪਰਚਾ ਰੱਖੋ ਹੁਕਮ ਸਰਗੁਣ ਜੀਵ ਨਿਰਗੁਣ ਜੀਵ ਨਿਰਗੁਣ ਇਹਦੇ ਚ ਗੁਣ ਹੈ ਨਹੀਂ
ਪਰ ਇਹ ਮਾਇਆ ਵਾਲੇ ਗੁਣਾਂ ਨੂੰ ਕਰਕੇ ਇਹਨੂੰ ਸਰਗੁਣ ਮੰਨਦੇ ਨੇ। ਅਸੀਂ ਮਾਇਆ ਵਾਲੇ ਗੁਣ ਤਿਆਗ ਕੇ ਨਿਰਗੁਣ ਤੈ ਗੁਣ ਬੇਟਾ ਖਾਈਏ ਸਾਰ, ਇਹ ਤੇ ਬਿਨਾਂ ਨਿਰਗੁਣ ਹੋਏ ਤੇ ਬਿਨਾਂ ਨਾਮ ਨਾਲ ਜੁੜਿਆ ਹੀ ਨਹੀਂ ਜਾ ਸਕਦਾ। ਮਾਇਆ ਦੇ ਤਿਆਗ ਤੋਂ ਬਿਨਾਂ ਨਾਮ ਨਾਲ ਜੁੜਿਆ ਨਹੀਂ ਜਾ ਸਕਦਾ। ਨਿਰਗੁਣ ਹੋ ਕੇ ਹੀ ਨਾਮ ਦਾ ਨਾਮ 'ਚ ਸਮਾਊਗਾ ਇਹ। ਮਾਇਆਧਾਰੀ ਨਾਮ 'ਚ ਨਹੀਂ ਸਮਾ ਸਕਦਾ। ਕ੍ਰਿਸ਼ਨ ਮਾਇਆ ਇਹਨਾਂ ਦੇ ਸਾਰੇ ਅਵਤਾਰ ਜਿੰਨੇ ਹੈਗੇ ਇਹਨਾਂ ਦੇ, ਕੋਈ ਵੀ ਨਹੀਂ ਨਾਮ 'ਚ ਸਮਾ ਸਕਦਾ।